ਇਲੈਕਟ੍ਰੋਮੈਗਨੈਟਿਜ਼ਮ ਦੇ ਇਸ ਮਜ਼ੇਦਾਰ ਪ੍ਰਯੋਗ ਲਈ ਤੁਹਾਨੂੰ ਬੈਟਰੀ ਇਨਸੂਲੇਟਿਡ ਕਾਪਰ ਵਾਇਰ, ਇੱਕ ਛੋਟਾ ਚੁੰਬਕ, ਸਟ੍ਰਾਅ ਅਤੇ ਕੁਝ ਹੋਰ ਚੀਜ਼ਾਂ ਚਾਹੀਦੀਆਂ ਹਨ। ਇੱਕ ਬੋਤਲ ਨੂੰ ਕੱਟੋ 150 ਟਰਨ 35 ਗੇਜ ਮੋਟਾਈ ਦੀ ਇਨਸੂਲੇਟਿਡ ਕਾਪਰ ਦੇ ਤਾਰ ਦੇ ਉਸ 'ਤੇ ਲਪੇਟ ਦਿਓ। ਤਾਰ ਦੇ ਦੋਨੋਂ ਸਿਰਿਆਂ ਨੂੰ ਛਿੱਲੋ ਅਤੇ ਕਲਿੱਪ ਲਗਾਓ। ਇੱਥੇ ਇੱਕ ਪਲਾਸਟਿਕ ਦੀ ਸਟ੍ਰਾਅ ਹੈ, ਇਸ 'ਤੇ ਸੱਜੇ ਪਾਸੇ ਇੱਕ ਚੁੰਬਕ ਲੱਗਾ ਹੈ ਅਤੇ ਖੱਬੇ ਪਾਸੇ ਤੋਂ ਘੜੀ ਹੋਈ ਹੈ। ਇੱਕ ਲੰਬੀ ਸੂਈ ਨਾਲ ਆਰ ਪਾਰ ਮੋਰੀ ਕਰੋ ਅਤੇ ਇਸ ਸਟ੍ਰਾਅ ਨੂੰ ਸੰਤੁਲਿਤ ਤਰ੍ਹਾਂ ਖੜ੍ਹਾ ਕਰ ਲਵੋ। ਹੁਣ ਇੱਕ ਕਲਿੱਪ ਨੂੰ ਬੈਟਰੀ ਦੇ ਆਧਾਰ 'ਤੇ ਚਿਪਕਾ ਦਵੋ ਅਤੇ ਦੂਜੇ ਕਲਿੱਪ ਨਾਲ ਬੈਟਰੀ ਔਨ ਕਰੋ ਤਾਂ ਅਤੇ ਔਫ ਕਰੋ। ਜਦੋਂ ਕੋਇਲ ਵਿੱਚ ਕਰੰਟ ਪੈਦਾ ਹੋਏਗਾ ਤਾਂ ਇਹ ਵਿਦਯੁਤ ਚੁੰਬਕ ਇਲੈਕਟ੍ਰੋਮੈਗਨੈਟ ਬਣ ਜਾਏਗੀ ਅਤੇ ਇਹ ਕਾਲੇ ਚੁੰਬਕ ਫਰਾਈਟ ਚੁੰਬਕ ਨੂੰ ਆਪਣੇ ਵੱਲ ਖਿੱਚੇਗੀ, ਅਟਰੈਕਟ ਕਰੇਗੀ। ਕਰੰਟ ਸਵਿੱਚ ਔਨ ਅਤੇ ਔਫ ਕਰਨ 'ਤੇ ਗੁੱਡੀ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ ਨੱਚਦੀ ਗੁੱਡੀ ਦੀ ਤਰ੍ਹਾਂ ਨਜ਼ਰ ਆਏਗੀ ਅਤੇ ਬਹੁਤ ਸੋਹਣੀ ਲੱਗੇਗੀ।